ਏਵਨ ਪੰਜਾਬੀ ਨਿਡਰ ਨਿਰਪੱਖ ਤੇ ਨਵੀਂ ਸੋਚ। ਮੈਂ ਤੁਹਾਡਾ ਦੋਸਤ ਸੋਮ ਸਹੋਤਾ ਲੈ ਕੇ ਹਾਜ਼ਰ ਹਾਂ। ਕਰੰਟ ਇਸ਼ੂ ਲਈ ਚੱਲਦੇ ਹਾਂ ਜੀ। ਗਿੱਦੜਵਾਹਾ ਦੋਸਤੋ, ਗਿੱਦੜਵਾਹਾ ਤੋਂ ਬਹੁਤ ਵੱਡੀ ਖਬਰ ਆ ਰਹੀ ਹੈ। ਇੱਕ ਪਾਸੇ ਡਿਪਟੀ ਸਪੀਕਰ ਸਾਹਿਬ ਆਪਣੀਆਂ ਮਤਲਬ ਗੱਡੀਆਂ ਦੇ ਕਾਫਲੇ ਦੇ ਵਿੱਚ ਆਉਂਦੇ ਆ, ਹੂਟਰਾਂ ਦੀ ਆਵਾਜ਼ ਆਉਂਦੀ ਹੈ ਔਰ ਕਰੀਬ ਕਰੀਬ 15 ਗੱਡੀਆਂ ਉਹਨਾਂ ਦੇ ਕਾਫਲੇ ਦੇ ਵਿੱਚ ਮੌਜੂਦ ਨੇ ਔਰ ਇੱਕ ਪਾਸੇ ਵੀਆਈਪੀ ਕਲਚਰ ਨੂੰ ਖਤਮ ਕਰਨ ਦੀ ਗੱਲ ਕਰ ਰਹੀ ਹੈ। ਇਹ ਕੀ ਹੈ ਪੂਰੀ ਖਬਰ? ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਸਾਡੇ ਪੱਤਰਕਾਰ ਗਿੱਦੜਵਾਹਾ ਤੋਂ ਸੋਨੀ ਡੱਲਾ ਜੀ ਜੁੜ ਚੁੱਕੇ ਨੇ। ਉਹਨਾਂ ਤੋਂ ਲੈਂਦੇ ਹਾਂ ਇਸ ਖਬਰ ਨਾਲ ਰਿਲੇਟਡ ਅਪਡੇਟ। ਸੋਨੀ ਜੀ, ਕੀ ਅਪਡੇਟ ਹੈ? ਇਹਦੇ 'ਚ ਮੈਂ ਦੱਸਣਾ ਚਾਹੂੰਗਾ ਜੀ, ਇੱਕ ਜਿਹੜੀ ਪੰਜਾਬ ਸਰਕਾਰ ਹੈ, ਜਦੋਂ ਪੰਜਾਬ ਸਰਕਾਰ ਬਣੀ ਸੀ ਤੇ ਉਹਨਾਂ ਨੇ ਕਿਹਾ ਸੀ ਵੀ ਜਿਹੜਾ ਵੀਆਈਪੀ ਕਲਚਰ ਹੈ ਅਸੀਂ ਬਿਲਕੁਲ ਖਤਮ ਕਰ ਦਿੱਤਾਂਗੇ। ਇਹਨਾਂ ਨੇ ਜਿਹੜੇ ਜ਼ਿਆਦਾਤਰ ਜਿੰਨੇ ਵੀ ਵਿਧਾਇਕ ਸੀਗੇ ਉਹਨਾਂ ਨੂੰ, ਜਿੰਨੀਆਂ ਵੀ ਉਹਨਾਂ ਦੇ ਗੱਡੀਆਂ ਦੇ ਉੱਤੇ ਹੂਟਰ ਵਗੈਰਾ ਲੱਗੇ ਸੀ ਜਾਂ ਲਾਲ ਬੱਤੀ ਲੱਗੀ ਸੀਗੀ, ਉਹ ਸਾਰੇ ਤਕਰੀਬਨ ਲਵਾਤੇ ਸੀਗੇ ਜੀ। ਪਰ ਜਿਹੜਾ ਜਿਹੜਾ ਕੱਲ ਜਿਹੜਾ ਮਾਮਲਾ, ਜਿਹੜਾ 15 ਅਗਸਤ ਜਿਹੜੀ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਬਣਾਈ ਗਈ ਹੈ, 15 ਅਗਸਤ ਜਿਹੜੀ ਬੜੀ ਧੂਮਧਾਮ ਨਾਲ ਬਣਾਈ ਗਈ ਹੈ ਆਜ਼ਾਦੀ ਦਿਹਾੜਾ, ਉਸ ਦੇ ਵਿੱਚ ਜਿਹੜੇ ਸਪੀਕਰ ਅਜੈਬ ਸਿੰਘ ਭੱਟੀ ਦੇ ਜਿਹੜੇ ਕਾਫਲੇ ਨਾਲ ਤਕਰੀਬਨ 15 ਗੱਡੀਆਂ ਦਾ ਜਿਹੜਾ ਕਾਫਲਾ ਸੀ ਤੇ ਉਹ ਗੱਡੀਆਂ ਦੇ ਕਾਫਲੇ ਵਿੱਚ ਹੂਟਰ ਮਾਰਦੀਆਂ ਗੱਡੀਆਂ ਆ ਰਹੀਆਂ ਸੀ। ਕਿਤੇ ਨਾ ਕਿਤੇ ਲੋਕਾਂ ਨੇ ਇਸ ਗੱਲ ਦਾ, ਲੋਕਾਂ ਦਾ ਕਹਿਣਾ ਸੀਗਾ ਵੀ ਇਹ ਵੀਆਈਪੀ ਕਲਚਰ ਬਿਲਕੁਲ ਖਤਮ ਨਹੀਂ ਹੋਇਆਗਾ, ਇਹ ਤਾਂ ਉਸੇ ਤਰ੍ਹਾਂ ਜੋ ਪੁਰਾਣੀ ਰੀਤੀ ਰਿਵਾਜ ਚੱਲੇ ਆ ਰਹੇ ਸੀ ਉਸੇ ਤਰ੍ਹਾਂ ਹੀ ਕਰ ਰਹੇ ਨੇ ਜੀ। ਔਰ ਇਸ ਮਾਮਲੇ ਦੇ ਵਿੱਚ ਭੱਟੀ ਸਾਹਿਬ ਨਾਲ ਕੋਈ ਗੱਲਬਾਤ ਕਰਨ ਦਾ ਮੌਕਾ ਮਿਲਿਆ ਵੀ ਤੁਸੀਂ ਪੰਜਾਬ ਸਰਕਾਰ ਦਾ ਹੀ ਇੱਕ ਹਿੱਸਾ ਹੋ ਔਰ ਤੁਹਾਡੇ ਹੀ ਰਾਜ ਦੇ ਵਿੱਚ ਇਹ ਸਾਰਾ ਕੁਝ, ਕਹਿਣੀ ਤੇ ਕਥਨੀ ਵਿੱਚ ਕੀ ਅੰਤਰ ਹੈ? ਦੇਖੋ, ਭੱਟੀ ਸਾਹਿਬ ਦੀ ਗੱਲ ਕਰੀਏ, ਅਜੈਬ ਸਿੰਘ ਜੀ ਭੱਟੀ ਜਿਹੜੇ ਹੈਗੇ ਆ, ਉਹਨਾਂ ਦਾ ਤਾਂ ਇਹ ਕਹਿਣਾ ਸੀਗਾ ਵੀ ਜਿਹੜੇ ਉਹਨਾਂ ਦੇ PA ਹੈ ਉਸ ਤੋਂ ਪਹਿਲਾਂ ਹੀ ਜਿਹੜੇ ਪੱਤਰਕਾਰਾਂ ਨੂੰ ਇਹ ਗੱਲ ਕਹਿ ਦਿੰਦੇ ਆ ਵੀ ਜੇਕਰ ਤੁਸੀਂ ਗੱਲ ਕਰਨੀ ਹੈ ਅੱਜ ਦੇ ਵਿਸ਼ੇ ਤੇ ਹੀ ਗੱਲ ਕਰਿਓ, ਜਿਹੜੀ ਅੱਜ ਦਾ ਜੋ ਵਿਸ਼ਾ ਹੈਗਾ ਹੋਰ ਇਸ ਵਿਸ਼ੇ ਤੋਂ ਹਟ ਕੇ ਕੋਈ ਵੀ ਗੱਲ ਨਾ ਕਰਿਓ। ਨਹੀਂ, ਵਿਸ਼ੇ ਤੇ ਗੱਲ ਕਰਨੀ ਸੀ ਕਿ ਭੱਟੀ ਸਾਹਿਬ, ਅਸੀਂ ਤਾਂ ਵਿਸ਼ੇ ਤੇ ਗੱਲ ਕਰਨੀ ਹੈ ਕਿ ਇਹ ਕਿਉਂ ਨਹੀਂ ਤੁਸੀਂ ਕਹਿਣੀ ਤਾਂ ਕਥਣੀ ਨੂੰ ਮਤਲਬ ਠੀਕ ਰੂਪ ਦੇ ਰਹੇ। ਉਹਦਾ ਕਾਰਨ ਮੈਂ ਤੁਹਾਨੂੰ ਦੱਸ ਰਿਹਾ ਹੈਗਾ ਵੀ ਇਹ ਜਿਹੜੇ ਅਜੈਬ ਸਿੰਘ ਜੀ ਭੱਟੀ ਹੈ, ਇਹਨਾਂ ਨੇ ਸਪੈਸ਼ਲ ਜਿਹੜਾ ਇਹਨਾਂ ਦੇ PA ਵਗੈਰਾ ਹੈਗੇ ਆ, ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜਿਹੜੇ ਅਜੈਬ ਸਿੰਘ ਭੱਟੀ ਜੀ ਤੋਂ 15 ਅਗਸਤ ਦੇ, ਸਿਰਫ 15 ਅਗਸਤ ਦੇ ਸੰਬੰਧ ਵਿੱਚ ਹੀ ਕੋਈ ਖਬਰ ਪੁੱਛੀ ਜਾਵੇ, ਜੋ ਗੱਲਬਾਤ ਪੁੱਛਣੀ ਹੈ, ਦੂਸਰੀ ਕੋਈ ਗੱਲਬਾਤ ਨਾ ਪੁੱਛੀ ਜਾਵੇ ਜੋ ਜਿਸ ਨਾਲ ਕੀ ਕੋਈ ਕੰਟਰੋਵਰਸੀ ਪੈਦਾ ਹੁੰਦੀ ਹੈ ਜਾਂ ਜਿਸ ਨਾਲ ਕੋਈ ਇਹਨਾਂ ਦੀ ਸ਼ਾਖ ਦੇ ਜਿਹੜਾ ਹੈਗਾ ਧੱਬਾ ਲੱਗਦਾ ਹੈ। ਕਿਸੇ ਨੇ ਹੋਰ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਇਸ ਵਿਸ਼ੇ ਤੇ? ਇਸ ਵਿਸ਼ੇ ਤੇ ਅਲੱਗ ਅਲੱਗ ਲੋਕਾਂ ਨਾਲ ਵੀ ਗੱਲਬਾਤ ਕੀਤੀ ਹੈਗੀ ਹੈ, ਜਿਹੜੇ ਹੋਰ ਵੀ ਪਹਿਲੂ ਜਿਹੜੇ ਸਾਹਮਣੇ ਆਏ ਹੈਗੇ ਆ, ਜੇ 15 ਅਗਸਤ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਲੋਕ ਜਿਹੜੇ ਛੋਟੇ ਛੋਟੇ ਬੱਚੇ ਸੀਗੇ, ਉਹ ਛੋਟੇ ਛੋਟੇ ਬੱਚੇ 150-150 ਰੁਪਇਆ ਦਿਹਾੜੀ ਲੈ ਕੇ ਉੱਥੇ ਪੰਪਲੈਟ ਬੰਦੇ ਦੇਖੇ ਗਏ, ਜਦੋਂ ਉਹਨਾਂ ਨੂੰ 15 ਅਗਸਤ ਦਾ ਮਤਲਬ ਪੁੱਛਿਆ ਗਿਆ ਵੀ 15 ਅਗਸਤ ਕੀ ਚੀਜ਼ ਹੈਗੀ, ਕਿਉਂ ਮਨਾਇਆ ਜਾਂਦਾ ਹੈ, ਇੱਥੋਂ ਤੱਕ ਕਿ ਉਹਨਾਂ ਨੂੰ ਮਤਲਬ ਹੀ ਨਹੀਂ ਪਤਾ ਸੀਗਾ ਵੀ 15 ਅਗਸਤ ਆਪਣਾ ਕਿਉਂ ਮਨਾਉਂਦੇ ਆਪਾਂ ਤੇ ਕੀ ਕਾਰਨ ਹੈ ਅੱਜ ਦਾ ਮਨਾਉਣ ਦਾ। ਕਿਤੇ ਨਾ ਕਿਤੇ ਇਹ ਜਿਹੜੀ ਆਪਣੀ ਕਾਲੀ ਸੱਚਾਈ ਸਾਹਮਣੇ ਆਉਂਦੀ ਹੈ ਵੀ ਹਜੇ ਤੱਕ ਜਿਹੜਾ ਤਕਰੀਬਨ 70 ਸਾਲ ਤੋਂ ਉੱਪਰ ਆਪਣੇ ਦੇਸ਼ ਨੂੰ ਆਜ਼ਾਦ ਹੋਏ ਨੂੰ ਹੋ ਗਏ, ਪਰ ਅੱਜ ਵੀ ਲੋਕ ਜਿਹੜੇ ਗੁਲਾਮੀ ਦੀ ਜ਼ਿੰਦਗੀ ਜੀ ਰਹੇ ਨੇ। ਅੱਛਾ, ਇਹ ਪੈਂਫਲੇਟ ਕਾਹਦੇ ਵਿੱਚ ਮਤਲਬ ਵੰਡ ਰਹੇ ਸੀਗੇ ਡੱਲਾ ਸਾਹਿਬ? ਇਹ ਪੰਪਲੇਟ ਜਿਹੜੇ ਬੱਚੇ ਵੰਡ ਰਹੇ ਸੀਗੇ, ਇਹ ਪੰਪਲੇਟ ਸੀਗੇ ਆਮ ਜਿਹੜੇ ਦੁਕਾਨਦਾਰ ਹੈਗੇ ਆਪਣੀ ਪਬਲਿਸਿਟੀ ਲਈ, ਦੁਕਾਨ ਦੀ ਪਬਲਿਸਿਟੀ ਲਈ, ਜਿਹੜੇ ਛੋਟੇ ਛੋਟੇ ਬੱਚਿਆਂ ਨੂੰ, ਕਿਉਂਕਿ ਜਿਹੜੇ ਦੂਸਰੇ ਵੱਡਾ ਬੰਦਾ ਹੈਗਾ ਉਹਨੇ ਤਾਂ ਦਿਹਾੜੀ 400 ਤੋਂ ਲੈ ਕੇ 500 ਲੈਣੀ ਹੈ, ਜਿਹੜੇ ਬੱਚੇ ਹੈਗੇ ਆ ਉਹ 100 ਜਾਂ 150 ਰੁਪਏ ਤੇ ਹੀ ਜਿਹੜਾ ਹੈਗਾ ਮੰਨ ਜਾਂਦੇ ਨੇ, ਉਹ ਜਿਹੜੇ ਦੁਕਾਨਦਾਰ ਹੈ ਉਹਨਾਂ ਵੱਲੋਂ ਇਹ ਪੰਪਲੇਟ ਜਿਹੜੇ ਬੱਚਿਆਂ ਨੂੰ ਵੰਡਾਏ ਗਏ। ਔਰ ਦੋਸਤੋ, ਅਲੱਗ ਅਲੱਗ ਲੋਕਾਂ ਨਾਲ ਜੋ ਗੱਲਬਾਤ ਕੀਤੀ ਹੈ ਸੋਨੀ ਡੱਲਾ ਜੀ ਨੇ, ਉਹ ਸੁਣ ਲਓ ਤੁਸੀਂ। ਅਸੀਂ ਪੋਸਟਰ ਵੰਡਣਾ ਹੈ। ਰਾਜੇ, ਕਿੰਨੀ ਦਿਹਾੜੀ ਮਿਲਦੀ ਹੈ ਤੁਹਾਨੂੰ? 150। ਬੇਟੇ, ਕੀ ਨਾਮ ਹੈ ਤੁਹਾਡਾ? ਮਨਦੀਪ। ਰਾਜੇ, ਇੱਥੇ ਕਿਸ ਕੰਮ ਆਏ ਹੋ? ਪੋਸਟਰ ਵੰਡਣਾ ਆ। ਹਾਂਜੀ, ਪੋਸਟਰ ਵੰਡਣਾ ਹੈ। ਰਾਜੇ, ਕਿੰਨੀ ਦਿਹਾੜੀ ਮਿਲਦੀ ਹੈ? 150। ਕਿੰਨੀ ਉਮਰ ਹੈ ਤੁਹਾਡੀ? 15 ਸਾਲ। ਤੁਹਾਨੂੰ ਸਰਕਾਰ ਵੱਲੋਂ ਕਦੇ ਕੋਈ ਮਦਦ ਦਿੱਤੀ ਗਈ ਹੈ? ਨਹੀਂ ਜੀ। ਸਨੀ ਕੁਮਾਰ ਹੈ ਜੀ। ਕਿੰਨਾ ਪੜ੍ਹੇ ਹੋ? ਮੈਂ +2 ਪਾਸ ਹਾਂ ਜੀ। ਉਮਰ ਕਿੰਨੀ ਹੈ ਤੁਹਾਡੀ? ਮੇਰੀ ਉਮਰ 25 ਸਾਲ ਹੈ। ਇੱਥੇ ਕੀ ਕੰਮ ਕਰ ਰਹੇ ਹੋ ਅੱਜ? ਇੱਥੇ ਮੈਂ ਦਿਹਾੜੀ ਤੇ ਪੋਸਟਰ ਵੰਡ ਰਿਹਾ ਜੀ। ਕਿੰਨੀ ਦਿਹਾੜੀ ਮਿਲਦੀ ਹੈ? ਦਿਹਾੜੀ ਮਿਲ ਜੇ 300 ਰੁਪਏ ਜੀ। ਸਰਕਾਰ ਨੇ ਕਦੇ ਤੁਹਾਡੀ ਮਦਦ ਕੀਤੀ ਹੈ? ਨਹੀਂ, ਕੋਈ ਮਦਦ ਨਹੀਂ ਕੀਤੀ। ਪਹਿਲਾਂ ਇਹਨਾਂ ਰੂਲ ਚਲਾਇਆ ਸੀ ਬਈ ਨੌਕਰੀਆਂ ਦੇਵਾਂਗੇ, ਜਿੱਤਣ ਤੋਂ ਬਾਅਦ ਪਰ ਨੌਕਰੀ ਮਿਲੀ ਨਹੀਂ। ਕਹਿੰਦੇ ਜਿਹੜਾ ਰੋਜ਼ਗਾਰ ਹੈ ਉਹਨਾਂ ਨੂੰ, ਅਨਪੜ੍ਹਾਂ ਨੂੰ ਭੱਤਾ ਦੇਵਾਂਗੇ, ਨਾ ਅਨਪੜ੍ਹਾਂ ਨੂੰ ਭੱਤਾ ਮਿਲੇ। ਔਰ ਦੋਸਤੋ, ਇੱਕ ਵਾਰ ਫਿਰ ਮੈਂ ਦੱਸਣਾ ਚਾਹੁੰਦਾ ਕਿ ਵੀਆਈਪੀ ਕਲਚਰ ਜਿੱਥੇ ਖਤਮ ਕਰਨ ਦੀ ਲੋਕ ਗੱਲ ਕਰ ਰਹੇ ਨੇ, ਲੇਕਿਨ ਉੱਥੇ ਡਿਪਟੀ ਸਪੀਕਰ ਸਾਹਿਬ ਦੀਆਂ ਕੁਛ ਇੱਕ ਗੱਡੀਆਂ ਦਾ ਕਾਫਲਾ ਆਉਂਦਾ ਹੈ ਜਿਹਦੇ ਵਿੱਚ 15 ਗੱਡੀਆਂ ਹੁੰਦੀਆਂ ਨੇ ਔਰ ਹੂਟਰ ਦੀ ਆਵਾਜ਼ ਜਿਹੜੀ ਹੈ ਉਹ ਸ਼ਰੇਆਮ ਆ ਰਹੀ ਹੈ, ਲੇਕਿਨ ਜਿਹੜਾ ਵੀਆਈਪੀ ਕਲਚਰ ਹੈ ਉਹ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ। ਔਰ ਦੂਜੇ ਪਾਸੇ ਬਹੁਤ ਘਿਨਾਉਣੀ ਜਿਹੀ ਗੱਲ ਦੱਸੀ ਹੈ
कि कुछ एक मासूम बच्चे ने जिन्हों की खेडन की उम्र है उन्होंने हाथ में कुछ पैंफलेट ने दुकानदार बलों वालों दिए गए ने जो 150 रुपये की दिहाड़ी के पैंफलेट मतलब अगे दूजे एक दूजे को वंड रहे सन और जबकि चाइल्ड लेबर की लेबर की जो गल करिए कितें ना कितें यह मामला उसके अधीन भी आता है। इसी हुण तक की अपडेट, बाकी अपडेट जिमें आएंगे असी लैके रूबरू होंदे रहेंगे। तुसीं जुड़े रहो एवन पंजाबी टीवी के नाल। Thank you.